ਤਸਵੀਰਾਂ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੇ ਨੇੜੇ ਹੈਰੀਟੇਜ ਸਟਰੀਟ ਦੀਆਂ ਹਨ ਜਿੱਥੇ ਕਿ ਕਿਸਾਨਾਂ ਤੇ ਨੌਜਵਾਨ ਜਥੇਬੰਦੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲ੍ਹਿਆਂਵਾਲੇ ਬਾਗ ਯਾਦਗਾਰ ਦਾ ਵਰਚੁਅਲ ਉਦਘਾਟਨ ਸਮਾਗਮ ਦਾ ਤਿੱਖਾ ਵਿਰੋਧ ਕੀਤਾ ਹੈ। ਉਦਘਾਟਨ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਨੌਜਵਾਨ ਕਿਸਾਨ ਜਥੇਬੰਦੀਆਂ ਵੱਲੋਂ ਬਾਗ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਤੇ ਕਿਸਾਨ ਜਥੇਬੰਦੀ ਦੇ ਕਾਰਕੁਨ ਸ਼ਾਮਲ ਹਨ। ਵਰਚੁਅਲ ਪ੍ਰੋਗਰਾਮ ਰਾਹੀਂ ਉਦਘਾਟਨ ਕਰਨ ਦਾ ਵਿਰੋਧ ਕਰ ਰਹੇ ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਕਈ ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਕਾਰਕੁਨ ਸ਼ਾਮ ਵੇਲੇ ਮੁੜ ਇਕੱਠੇ ਹੋਏ ਅਤੇ ਜਲ੍ਹਿਆਂਵਾਲੇ ਬਾਗ ਵੱਲ ਨੂੰ ਵਧੇ। ਪੁਲਿਸ ਨੇ ਇਹਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ। ਨੌਜਵਾਨ ਆਗੂਆਂ ਦੇ ਮੁਤਾਬਕ ਪੁਲਿਸ ਵੱਲੋਂ ਨੌਜਵਾਨਾਂ ਨੂੰ ਰੋਕਣ ਲਈ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ ਗਿਆ ਅਤੇ ਇਸ ਵਿੱਚ ਕਈ ਕਾਰਕੁਨ ਜ਼ਖਮੀ ਵੀ ਹੋਏ ਹਨ ਅਤੇ ਕੁਝ ਦੀਆਂ ਪੱਗਾਂ ਵੀ ਲੱਥੀਆਂ ਹਨ। ਉਹਨਾਂ ਦਾਅਵਾ ਕੀਤਾ ਹੈ ਕਿ ਲਗਭਗ 100 ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣ ਮਗਰੋਂ ਅਣਦੱਸੀ ਥਾਂ ਤੇ ਜਾ ਕੇ ਛੱਡ ਦਿੱਤਾ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਇੱਕ 5 ਮੈਂਬਰੀ ਵਫਦ ਨੂੰ ਜਲ੍ਹਿਆਂਵਾਲੇ ਬਾਗ ਦੇ ਅੰਦਰ ਜਾਇਜ਼ਾ ਲੈਣ ਲਈ ਭੇਜਿਆ ਗਿਆ ਸੀ। ਇਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਇਤਿਹਾਸਕ ਜਲ੍ਹਿਆਂਵਾਲੇ ਬਾਗ ਦੇ ਸੁੰਦਰੀਕਰਨ ਦੇ ਨਾਂ ਹੇਠ ਇਸ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਦਾ ਹੀ ਉਹਨਾਂ ਵੱਲੋਂ ਅੱਜ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਸੱਚਖੰਡ 'ਚ ਹਰਿਮੰਦਰ ਸਾਹਿਬ 'ਚ ਅੱਜ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਵੀ ਕਿਸਾਨਾਂ ਦੇ ਪ੍ਰਦਰਸ਼ਨ ਤੇ ਪੁਲਿਸ ਵੱਲੋਂ ਕੀਤੀ ਗਈ ਥਾਂ ਥਾਂ ਤੇ ਬੈਰੀਕੇਡਿੰਗ ਤੇ ਨਾਕੇਬੰਦੀ ਕਰਕੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਵੀ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਰੋਸ ਵੇਖਣ ਨੂੰ ਮਿਲਿਆ ਹੈ। ਮੈਂ ਯੁੱਧਵੀਰ ਸਿੰਘ ਸਰਜਾ ਜੀ। ਇੱਥੇ ਦਰਬਾਰ ਸਾਹਿਬ ਇੱਕ ਅੱਜ ਤਿਉਹਾਰ ਆ ਸਿੱਖ ਧਰਮ ਦਾ, ਉਹਦੇ ਵਿੱਚ ਸੰਗਤ ਜਿਹੜੀ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਆਈ ਆ, ਅਤੇ ਆਪਾਂ ਦੇਖ ਰਹੇ ਹਾਂ ਵੀ ਇੱਥੇ ਪੁਲਿਸ ਨੇ ਬੈਰੀਗੇਟ ਲਾ ਕੇ ਥਾਂ ਥਾਂ 'ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਜਿਹੜਾ ਤਹੱਈਆ ਬਣਾ ਕੇ ਰੱਖਿਆ, ਜਿਹੜੀ ਕੈਪਟਨ ਸਰਕਾਰ ਦੀ ਬਿਲਕੁਲ ਨਲਾਇਕੀ ਆ। ਇਹ ਰਸਤਾ ਜਾਣ ਵਾਲਾ ਦਰਬਾਰ ਸਾਹਿਬ ਨੂੰ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਰਸਤਾ ਹੈ, ਪਰ ਇੱਥੇ ਵੱਡੀ ਪੱਧਰ 'ਤੇ ਬੈਰੀਗੇਟ ਕਰਕੇ ਸਰਕਾਰ ਜਿਹੜੀ ਆ, ਜਿਹੜੀ ਲੋਕਾਂ ਦੇ ਵਿੱਚ ਜਿਹੜੀ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ, ਜਿਹਦੇ ਵਿੱਚ ਆਏ ਗਏ ਲੋਕ ਜਿਹੜੇ ਆ ਬਾਹਰੋਂ ਵਿਦੇਸ਼ਾਂ ਤੋਂ ਵੀ ਇੱਥੇ ਆਉਂਦੇ ਆ, ਅਤੇ ਇਹਦੀ ਜਿਹੜੀ ਆ ਮੈਂ ਤਾਂ ਇਸ ਦੀ ਬੜੀ ਨਿਖੇਧੀ ਕਰਦਾ ਵਾਂ। ਸਰਕਾਰ ਦੀ ਜਿਹੜੀ ਘਟੀਆ ਰਾਜਨੀਤੀ ਜਿਹੜੀ ਚੱਲ ਰਹੀ ਆ, ਅਤੇ ਆਮ ਜਨਤਾ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਮੁਲਾਜ਼ਮ ਅਤੇ ਸੈਂਕੜੇ ਬੈਰੀਗੇਟ ਲਾਏ ਗਏ ਆ, ਅਤੇ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਗਿਆ ਜਿਸ ਤਰ੍ਹਾਂ ਇੱਥੇ ਬੜੀ ਕੋਈ ਵੱਡੀ ਜੰਗ ਲੱਗਣ ਜਾ ਰਹੀ ਆ ਜਾਂ ਬਹੁਤ ਵੱਡਾ ਕੋਈ ਵਿਦਰੋਹ ਹੋ ਰਿਹਾ। ਬਾਕੀ ਸਰਕਾਰ ਦੀ ਨਲਾਇਕੀ ਆ ਵੀ ਅੱਜ ਜਲ੍ਹਿਆਂਵਾਲੇ ਬਾਗ ਦਾ ਉਦਘਾਟਨ ਕੀਤਾ ਜਾ ਰਿਹਾ, ਉਹਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਜਿਹੜੀ ਵਰਚੁਅਲ ਮੀਟਿੰਗ ਜਿਹੜੀ ਕਿਸਾਨ, ਸ਼ਾਇਦ ਉਹਦੇ ਕਰਕੇ ਜਿਹੜਾ ਇਹ ਸਰਕਾਰ ਨੂੰ ਚਿੰਤਾ ਵਾ ਵੀ ਇੱਥੇ ਜਿਹੜਾ ਕੋਈ ਵੱਡਾ ਕਿਸਾਨ ਜਾਂ ਨੌਜਵਾਨ ਪ੍ਰੋਟੈਸਟ ਕਰ ਸਕਦੇ ਆ ਅਤੇ ਮਾਹੌਲ ਜਿਹੜਾ ਗਰਮਾ ਸਕਦਾ ਵਾ, ਅਤੇ ਇਹਦੇ ਕਰਕੇ ਵੀ ਇਹ ਬੈਰੀਗੇਟ ਲਾਏ ਗਏ ਆ। ਪਰ ਜੇ ਜਦੋਂ ਦੇਸ਼ ਦੇ ਵਿੱਚ ਇਹੋ ਜਿਹਾ ਕੰਮ ਚੱਲ ਰਿਹਾ ਅਤੇ ਮੋਦੀ ਸਰਕਾਰ ਅਤੇ ਭਾਜਪਾ ਦੇ ਲੋਕ ਜਿਹੜੇ ਆ ਇੱਥੇ ਕੋਈ ਮੀਟਿੰਗ ਕਰਨ ਜਾ ਰਹੇ ਆ, ਪਤਾ ਲੱਗਾ ਸਾਨੂੰ, ਜਿਹਦਾ ਜਿਹੜਾ ਵਿਰੋਧ ਜਿਹੜਾ ਪਿਛਲੇ 3-4 ਮਹੀਨੇ ਤੋਂ ਭਾਜਪਾ ਦਾ ਵਿਰੋਧ ਬਹੁਤ ਵੱਡੀ ਪੱਧਰ 'ਤੇ ਹੋ ਰਿਹਾ, ਅਤੇ ਇਹੋ ਜਿਹੇ ਸਮੇਂ ਦੇ ਵਿੱਚ ਇੱਥੇ ਆ ਕੇ ਜਿਹੜੀ ਜਲ੍ਹਿਆਂਵਾਲੇ ਬਾਗ ਦੀ ਵਰਚੁਅਲ ਮੀਟਿੰਗ ਕਰਨੀ ਕੋਈ ਬਹੁਤੀ ਮਾਇਨਾ ਨਹੀਂ ਰੱਖਦੀ, ਕਿਉਂਕਿ ਉਹ ਜਗ੍ਹਾ ਵਾ, ਇਹ ਉਹ ਸਥਾਨ ਆ ਜਿੱਥੇ ਸਾਡੇ ਸ਼ਹੀਦਾਂ ਦੀਆਂ ਸਾਡੇ ਨਾਲ ਆਸਥਾ ਜੁੜੀ ਹੋਈ ਆ, ਅਤੇ ਇਹਦੇ ਵਿੱਚ ਇਹ ਵੀ ਪਤਾ ਲੱਗਾ ਵੀ ਸ਼ਹੀਦਾਂ ਦੇ ਜਿਹੜਾ ਇਹ ਬਾਗ ਆ ਜਲ੍ਹਿਆਂਵਾਲਾ, ਇਹਦੀ ਜਿਹੜੀ ਅਸਲੀ ਦਿੱਖ ਜਿਹੜੀ ਵਿਗਾੜ ਕੇ ਇਹਨੂੰ ਭਗਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਜੀ ਤਕਰੀਬਨ ਇੱਥੋਂ ਜਿਹੜਾ ਰਸਤਾ 10 ਜਾਂ 15 ਮਿੰਟ 'ਚ ਤੈਅ ਕਰਦੇ ਹਾਂ, 1.5 ਘੰਟਾ ਆ ਇਸ ਰਸਤੇ ਦੇ ਉੱਤੇ ਜਿਹੜੇ ਆ ਖਰਾਬ ਹੁੰਦੇ ਹੋਏ ਆ, ਕਦੀ ਕਿਸੇ ਬੰਨੇ ਮੋੜ ਦਿੱਤਾ ਜਾ ਰਿਹਾ, ਕਦੀ ਕਿਸੇ ਬੰਨੇ ਮੋੜ ਦਿੱਤਾ ਜਾ ਰਿਹਾ, ਅਤੇ ਕੋਈ ਵੀ ਮਤਲਬ ਇੱਥੇ ਲੋਕ ਪਰੇਸ਼ਾਨ ਆ ਕਾਫੀ ਜ਼ਿਆਦਾ। ਇਹ ਸਰਕਾਰ ਦੀ, ਕੈਪਟਨ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਵੀ ਇਹੋ ਜਿਹੇ ਸਮੇਂ 'ਤੇ ਆ ਕੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਗਿਆ। ਇਹਦੇ ਲਈ ਮੈਂ ਸਖ਼ਤ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰਦਾ। ਜਗਵੀਰ ਸਿੰਘ, ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ, ਅੰਮ੍ਰਿਤਸਰ ਤੋਂ ਧਿਆਨ ਚੰਦ ਦੀ ਰਿਪੋਰਟ, ਪੰਜਾਬ ਟੂਡੇ।